ਕੰਜਾਇਨਲ ਹਾਰਟ ਡਿਜ਼ੀਜ਼ ਜੋ ਦਿਲ ਦੀਆਂ ਜਮਾਂਦਰੂ ਬਿਮਾਰੀਆਂ ਹੁੰਦੀਆਂ ਜੋ ਬੱਚੇ ਵਿੱਚ ਜਨਮ ਤੋਂ ਹੀ ਬੱਚੇ ਦੇ ਵਿੱਚ ਹੁੰਦੀ ਹੈ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀ ਹੈ ਏ ਸੈਨੋਟਿਕ ਹੁੰਦੀ ਹੈ ਇਕ ਹੁੰਦੀ ਹੈ ਸੈਨੋਟਿਕ ਏ ਸੈਨੋਟਿਕ ਮੀਨਸ ਕਿ ਬੱਚਾ ਨੀਲਾ ਨਹੀਂ ਹੁੰਦਾ ਤੇ ਦੂਜਾ ਵਿੱਚ ਬੱਚਾ ਨੀਲਾ ਪਾਇਆ ਜਾਂਦਾ ਹੈ ਏ ਸੈਨੋਟਿਕ ਵਿੱਚ ਜਿਹੜੇ ਹੁੰਦੀਆਂ ਹਨ ਮੇਨਲੀ ਜੋ ਬਿਮਾਰੀਆਂ ਹੁੰਦੀਆਂ ਹਨ ਉਹ ਜਿਵੇਂ ਸੁਰਾਖ ਦਿਲ ਦੇ ਉਤਲੇ ਚੈਂਬਰ ਦੇ ਵਿੱਚ ਜਿਹਨੂੰ ਆਪਾਂ ਏਐਸਡੀ ਕਹਿੰਦੇ ਆ ਤੇ ਜਾਂ ਦਿਲ ਦੇ ਹੇਟਲੀ ਚੈਂਬਰ ਦੇ ਵਿੱਚ ਜਿਹਨੂੰ ਆਪਾਂ VSD ਕਹਿੰਦੇ ਹਾਂ। ਜਾਕੀ ਇੱਕ ਕਈ ਵਾਰ ਜੋ ਇੱਕ ਅਬਨਾਰਮਲ ਆਰਟਰੀ ਕਮਿਊਨਿਟੀ ਦਾ ਕਨੈਕਸ਼ਨ ਹੁੰਦਾ ਹੈ ਜੋ ਪੇਟ ਦੇ ਵਿੱਚ ਤਾਂ ਹੱਦੀ ਉਹਦੇ ਵੀ ਲੋਡ ਹੁੰਦੀ ਹੈ ਬਟ ਲੇਕਿਨ ਪੈਦਾ ਹੁੰਦੇ ਸਾਰੀ ਇਹ ਬੰਦ ਹੋ ਜਾਂਦੀ ਹੈ ਬਟ ਇਹ ਕੁਝ ਬੱਚਿਆਂ ਦੇ ਵਿੱਚ ਇਹ ਬੰਦ ਨਹੀਂ ਹੁੰਦੀ ਜਿਹਨੂੰ ਆਪਾਂ ਇੱਕ PDA ਕਹਿੰਦੇ ਹਾਂ। ਜਿਹੜੀਆਂ ਸੈਨੋਟਿਕ ਹਾਰਟ ਡਿਜ਼ੀਜ਼ਸ ਹੈ ਜਿਹਨੂੰ ਜਿਹੜਾ ਬੱਚਾ ਨੀਲੇ ਪਾਏ ਜਾਂਦੇ ਹਨ ਉਹਦੇ ਵਿੱਚ ਸਭ ਤੋਂ ਕਾਮਨਸਟ ਹੈ ਨੈਟਰੋਲਜੀ ਆਫ ਅਲਟ ਜਿਹਦੇ ਯੁੱਗ ਦੇ ਵਿੱਚ ਆਪਾਂ ਇਹ ਸਾਨੂੰ ਇਹ ਬਿਮਾਰੀਆਂ ਮਾਂ ਦਾ ਸਕੈਨ ਹੁੰਦਾ ਉਹਦੇ ਹੀ ਪਤਾ ਚੱਲ ਜਾਂਦੀਆਂ ਬਟ ਕੁਝ ਜੇ ਨਹੀਂ ਪਤਾ ਚਲਦੀਆਂ ਤਾਂ ਬੱਚੇ ਤੇ ਕੁਝ ਬੱਚੇ ਕੁਝ ਲੱਛਣ ਦਿਖਾਉਂਦਾ ਹੈ ਪੈਦਾ ਹੋਣ ਤੋਂ ਬਾਅਦ ਜਿਹੜੀਆਂ ਜਿਹੜੇ ਬੱਚੇ ਨੀਲੇ ਨਹੀਂ ਹੁੰਦੇ ਜਿਹਨੂੰ ਐਸੈਨੋਟਿਕ ਹਾਰਟ ਡਿਜ਼ੀਜ਼ ਕਹਿੰਦੇ ਆ ਉਹ ਯੂਜੂਲੀ ਰਾਉਂਡ ਡੇਢ ਤੋਂ 2 ਮਹੀਨੇ ਦਾ ਜਾਂ ਤੇ ਇੱਕ ਬੱਚਾ ਹੁੰਦਾ ਹੈ ਉਸ ਤੋਂ ਬਾਅਦ ਹੀ ਆਪਣੇ ਲੱਛਣ ਦਿਖਾਉਂਦੀਆਂ ਦਿਖਾਉਂਦੇ ਹਨ ਜਿਸ ਦੇ ਵਿੱਚ ਕੋਈ ਸੁਰਾਖ ਵੱਡੇ ਹੁੰਦੇ ਹਨ ਇਸ ਦੇ ਵਿੱਚ ਬੱਚੇ ਨੂੰ ਬੱਚੇ ਨੂੰ ਦੁੱਧ ਪੀਣ ਦੇ ਵਿੱਚ ਤਕਲੀਫ ਹੁੰਦੀ ਹੈ ਬੱਚਾ ਦੁੱਧ ਪੀਂਦਾ ਹੈ ਤੇ ਛੱਡ ਦਿੰਦਾ ਹੈ ਫੇਰ ਪੀਂਦਾ ਹੈ ਤੇ ਆਮ ਬੱਚਿਆਂ ਨਾਲੋਂ ਜ਼ਿਆਦਾ ਟਾਈਮ ਲੈਂਦਾ ਹੈ ਉਸ ਦੇ ਦੁੱਧ ਦੇ ਪੀਣ ਸਮੇ ਉਸ ਦੇ ਮੱਥੇ ਦੇ ਉੱਤੇ ਪਸੀਨਾ ਆਣਾ ਸ਼ੁਰੂ ਹੋ ਜਾਂਦਾ ਹੈ ਉਹ ਸਾਹ ਵੀ ਤੇਜ਼ੀ ਨਾਲ ਲੈਂਦਾ ਹੈ ਤੇ ਜਿਵੇਂ ਉਸ ਦਾ ਮੋਸਟ ਇੰਪੋਰਟੈਂਟ ਕਲੈਕਸ਼ਨ ਹੈ ਜਿਸ ਦਾ ਕੀ ਉਸ ਦਾ ਬੱਚੇ ਦਾ ਹੋਰ ਬੱਚੇ ਮੰਗ ਨਾਰਮਲ ਨਾਲ ਭਾਰ ਵੀ ਨਹੀਂ ਵਾਧਾ ਤੇ ਬੱਚੇ ਨੂੰ بار-बार ਛਾਤੀ ਦੀ ਇਨਫੈਕਸ਼ਨ ਨਮੋਨੀਆ ਦੇ ਤੌਰ ਤੇ ਉੱਤੇ ਆਂਦੀ ਹੈ ਤੇ ਜਿਵੇਂ 6 ਮਹੀਨੇ ਦੇ ਵਿੱਚ ਦੋ ਬਾਰ ਉਹਨੂੰ ਨਮੋਨੀਆ ਹੋ ਗਿਆ ਜਾਂ ਸਾਲ ਦੇ ਵਿੱਚ ਉਹਨੂੰ ਤਿੰਨ ਬਾਰ ਨਮੋਨੀਆ ਹੋ ਗਿਆ ਤੇ ਉਹਨੂੰ ਆਈਵੀ ਐਂਟੀਬਾਇਓਟਿਕਸ ਦੀ ਲੋੜ ਪੈਂਦੀ ਹੈ ਤਾਂ ਇਹ ਇੱਕ ਜਮਾਂਦਰੂ ਹਾਰਟ ਦੀ ਬਿਮਾਰੀ ਦਾ ਲੱਛਣ ਹੈ ਤੇ ਦੂਜਾ ਹੈ ਕਿ ਜਿਵੇਂ ਬੱਚੇ ਨੀਲੇ ਪਏ ਜਾਂਦੇ ਹਨ ਇਹਦੇ ਵਿੱਚ ਜਾਂ ਹੋ ਸਕਦਾ ਹੈ ਕਿ ਬੱਚਾ ਨੀਲਾ ਹੋਵੇ ਜਨਮ ਤੇ ਹੀ ਨੀਲਾ ਹੋਵੇ ਇਹ ਜਾਂ ਫਿਰ ਕੁਝ ਜਿਵੇਂ ਜਿਹੜੀ ਮੋਸਟ ਕਾਮਨ ਟੈਟਰੋਲੋਜੀ ਹੈ ਉਹ ਯੂਜੂਲੀ 3 ਤੋਂ 4 ਮਹੀਨੇ ਦੇ ਬਾਅਦ ਬੱਚਾ ਨੀਲ ਆਪਣਾ ਨੀਲਾਪਣ ਸ਼ੁਰੂ ਹੋ ਜਾਂਦਾ ਹੈ ਤੇ ਉਹ ਹੌਲੀ-ਹੌਲੀ ਵੱਧਦਾ ਰਹਿੰਦਾ ਹੈ ਤੇ ਦੂਜੇ ਬੱਚੇ ਮੰਗ ਜਦ 1 ਜਾਂ 2 ਸਾਲ ਦਾ ਹੁੰਦਾ ਹੈ ਤਾਂ ਉਹ ਤੁਰਦਾ ਤੁਰਦਾ ਇੱਕਦਮ ਚੌਂਕੜੀ ਮਾਰ ਕੇ ਬਹਿ ਜਾਂਦਾ ਹੈ ਅੱਜ ਦੇ ਯੁੱਗ ਵਿੱਚ ਸਾਰੀਆਂ ਜਮਾਂਦਰੂ ਦਿਲ ਦੀਆਂ ਸਮਾਰੀ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਜੀ ਕੋਈ ਬਿਮਾਰੀ ਨਹੀਂ ਜਿਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਤੇ ਜੇ ਆਪਾਂ ਦੇਖੀਏ ਸੁਰਾਖ ਦਿਲ ਦੇ ਸੁਰਾਖ ਵਾਲਾ ਪਾਸਾ ਦੇਖੀਏ ਤਾਂ ਇਹਦਾ ਟ੍ਰੀਟਮੈਂਟ ਆਪਾਂ ਇਹਨ ਦੋ ਪਾਰਟ ਚ ਹੈ। ਜਾਂ ਤਾਂ ਆਪਾਂ ਕੈਥਟਰ ਬੇਸਡ ਇੰਟਰਵੈਂਸ਼ਨ ਨਾਲ ਕਰ ਸਕਦੇ ਹਾਂ ਜਿਹੜਾ ਕਿ ਬਿਨਾਂ ਦਿਲ ਦੀ ਸਰਜਰੀ ਬਿਗੈਰ ਕੀਤਾ ਜਾ ਸਕਦਾ ਹੈ। ਜਾਫਰ ਕੁਝ ਬਿਮਾਰੀਆਂ ਆਈਆਂ ਜਿਹਨੂੰ ਆਪਾਂ ਨੂੰ ਓਪਨ ਹਾਰਟ ਸਰਜਰੀ ਕਰਨੀ ਪੈਂਦੀ ਹੈ ਜਿਹੜੀ ਕੈਥਟਰ ਬੇਸਡ ਇੰਟਰਵੈਂਸ਼ਨ ਹੈ ਉਹ ਆਪਾਂ ਬਿਨਾ ਬਿਨਾ ਆਪਰੇਸ਼ਨ ਤੋਂ ਕਰ ਸਕਦੇ ਆ ਤੇ ਬੱਚਾ ਜਿਵੇਂ ਅੱਜ ਦਾਖਲ ਹੋਇਆ ਕੱਲ ਨੂੰ ਕੀਤਾ ਤੇ ਅਗਲੇ ਦਿਨ ਹੀ ਉਸ ਦੀ ਛੁੱਟੀ ਹੋ ਜਾਂਦੀ ਹੈ ਤੇ ਬੱਚਾ ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ ਹੈ ਤੇ ਜੇ ਕੁਝ ਬਿਮਾਰੀਆਂ ਜਿਸ ਦਾ ਕੈਥਟਰ ਨਾਲ ਨਹੀਂ ਇਲਾਜ ਕੀਤਾ ਜਾ ਸਕਦਾ ਉਹ ਆਪਾਂ ਨੂੰ ਓਪਨ ਹਾਰਟ ਸਰਜਰੀ ਨਾਲ ਕਰਨੀਆਂ ਪੈਂਦੀਆਂ ਹਨ ਤੇ ਓਪਨ ਹਾਰਟ ਸਰਜਰੀ ਵੀ ਅਜਕਲ ਪੂਰੀ ਸਕਸੈਸਫੁਲ ਹੈ ਇੱਕ ਵਾਰ ਜਦ ਇਹ ਤਾਂ ਕੈਥਟਰ ਬੇਸਡ ਜਿਵੇਂ ਇੰਟਰਵੈਂਸ਼ਨ ਨਾਲ ਆਪਾਂ ਡਿਵਾਈਸ ਨਾਲ ਸੁਰਾਖ ਬੰਦ ਕਰਤੇ ਹਨ ਹੰਤਾ ਉਹ ਇੱਕ ਬੱਚਾ ਇੱਕ ਦੂਜੇ ਬੱਚਿਆਂ ਵਾਂਗ ਨੋਰਮਲ ਜ਼ਿੰਦਗੀ ਬਿਲਕੁਲ ਜੀ ਸਕਦਾ ਹੈ ਉਸ ਤੋਂ ਅਗਲੇ ਦਿਨ ਹੀ ਉਹ ਤੁਰ ਫਿਰ ਸਕਦਾ ਹੈ ਤੇ ਹਫਤੇ ਇੱਕ ਬਾਅਦ ਹੀ ਆਪਣਾ ਨੋਰਮਲ ਫੜ ਸਕਦਾ ਹੈ ਦੌੜ ਸਕਦਾ ਹੈ ਖੇਡ ਸਕਦਾ ਹੈ ਤੇ ਉਹਨੂੰ ਤਕਰੀਬਨ 6 ਮਹੀਨੇ ਹੀ ਦਵਾਈ ਖਾਣੀ ਪੈਂਦੀ ਹੈ ਤੇ ਸਾਨੂੰ ਅਰਾਊਂਡ ਸਾਲ ਕੀ ਦਿਖਾਣਾ ਪੈਂਦਾ ਹੈ ਬਟ ਅਦਰਵਾ ਉਸ ਤੋਂ ਬਾਅਦ ਬੱਚਾ ਆਪਣੀ ਬਿਲਕੁਲ ਨੋਰਮਲ ਜ਼ਿੰਦਗੀ ਜੀ ਸਕਦਾ ਹੈ ਐਦਾਂ ਹੀ ਜਿਹੜੇ ਸਰਜਰੀ ਦੇ ਨਾਲ ਬੱਚਿਆਂ ਦਾ ਹਾਰਟ ਦਾ ਕਰੈਕਸ਼ਨ ਕੀਤਾ ਜਾਂਦਾ ਹੈ ਉਹ ਵੀ ਸਰਜਰੀ ਤੋਂ ਕੁਝ ਦਿਨਾਂ ਬਾਅਦ ਬਿਲਕੁਲ ਆਪਣੀ ਨਾਰਮਲ ਜ਼ਿੰਦਗੀ ਜੀਣ ਲੱਗਦੇ ਹਨ ਤੇ ਇਵਨ ਬੜੇ ਹੋ ਕੇ ਵੀ ਉਹ ਆਪਣੀ ਨਾਰਮਲ ਜ਼ਿੰਦਗੀ ਜੀ ਸਕਦੇ ਹਨ ਕੁਝ ਬਿਮਾਰੀਆਂ ਹਨ ਜਿਵੇਂ ਜਿਹਦੇ ਵਿੱਚ ਹਾਰਟ ਦੇ ਚਾਰੋਂ ਚੈਂਬਰ ਨਹੀਂ ਬਣੇ ਹੋਏ ਤੇ ਉਹਦੇ ਵਿੱਚ ਸਾਨੂੰ ਪੇਲੀਏਟਿਵ ਸਰਜਰੀਆਂ ਕਰਨੀਆਂ ਪੈਂਦੀਆਂ ਹਨ ਉਹਦੇ ਵਿੱਚ ਵੀ ਬੱਚੇ ਦੀ ਕੁਆਲਿਟੀ ਆਫ ਲਾਈਫ ਕਾਫੀ ਵਧੀਆ ਹੋ ਜਾਂਦੀ ਹੈ ਬਿਨ ਐਸ ਕੰਪੇਅਰ ਟੂ ਕਿ ਬਿਨਾਂ ਸਰਜਰੀ ਤੋਂ ਤੇ ਬੱਚਾ ਆਪਣੀ ਇੱਕ ਰੋਜ਼ਮਰੇ ਦੀ ਜ਼ਿੰਦਗੀ ਇੱਕ ਅੱਛੀ ਤਰੀਕੇ ਨਾਲ ਬਤੀਤ ਕਰ ਸਕਦਾ ਹੈ